प्रीत लगाई। एक उत्तम पंथ सुनयो गुर संगत, तेहे मिलंत जम त्रास मिटाई। एक अरदास पाठ कीरत की, गुर रामदास रखो शरणाई। एक अरदास पाठ कीरत की, गुर रामदास रखो शरणाई। सतनाम तन्वाहे गुरु साहिब जीयो, असा महला तीजा, करे अंदर सब वथ है, बाहर किश नाही, गुर प्रसादी पाईए अंतर कपट खुलाही। करे अंदर सब वथ है, बाहर किश नाही, गुर प्रसादी पाईए अंतर कपट खुलाही। सतगुर ते हर पाईए पाई, अंतर नाम निदान है, पूरे सतगुर दिया दिखाई रहाओ। हर का गाहक होवे सोलए, पाए रतन विचारा, अंदर खोले दिब दिष्ट, देखे मुक्त पंडारा। अंदर महल अनेक हैं, जियो करे वसेरा,
मन चिंदिया फल पाए सी, फिर होए ना फेरा, पारखियां वत संभाल लई, गुर सोजी होई, नाम पदार्थ अमूल सा, गुरमुख पावे कोई, पारखियां वत संभाल लई, गुर सोजी होई, नाम पदार्थ अमूल सा, गुरमुख पावे कोई। वाहिगुरु जी का खालसा, वाहिगुरु जी की फतेह। परम सन्मान योग चवर शतर तख्त दे मालक, सिद्धांतां दे खजाने गुरता गद्दी ते सुभाए मान, सर्व सांझीवालता दे पैगंबर, मनुखता दे रहबर शब्द गुरपीरा, गहर गंभीरा शैन शाहे कुल आलम, वालिये दो जहान गुरु गरीब निवाज सतगुरु, धन धन श्री गुरु ग्रंथ साहिब महाराज जी दे पावन पवित्र चरण कमलां पास सुभाए मान होए बैठे, गुरमुख प्यारे गुरु सवारे सत संगी जनों, वडभागे हां जिन्हां नूं सतगुरु दी अपार किरपा रहमत सदका जीवन दियां अमोलक घड़ियां नूं सफल करन दा सुभागा समा प्राप्त होया। आप जी ने गुरु सवारियां दे पासों आसा दीवार दे रस भिन्ने शब्द कीर्तन श्रवण कीते ने, उपरंत धन धन श्री गुरु ग्रंथ साहिब महाराज जी दी लड़ीवार कथा विचार दे अधीन अज तीजे गुरुदेव धन श्री गुरु अमरदास साहब जी दी पावन रसना तो उचारण कीती होई, राग आसा दे अंदर दर्ज पावन अंग 1425 दे उपर सुभाए मान अष्टपदी दे पहले चार पदयां दा पाठ श्रवण कीता, जिस दी संखेप विचार ए है कि धन श्री गुरु अमरदास साहब जी कृपा करदे हन कि हे भाई, नाम दे खजाने अमृत दे भंडारे हिरदे घर दे विच भरे होए हन, पर गुरु दी कृपा दे सदका अंदरों वस दे परमात्मा दे नाम नूं प्रगट कीता जा सकदा है। गुरु ने ही रब दे तक मेल कराउणा है, गुरु ने ही रब तक पहुँच कराउणी है। इस करके हजूर कहंदे कि अंदर जिहड़ा नाम दा खजाना है, परमात्मा दा अमृत नाम अंदर है, सतगुरु कृपा करके वो जीव नूं दिखा देंदा है।
ਤੇ ਜਿਹੜਾ ਪਰਮਾਤਮਾ ਦੇ ਨਾਮ ਦਾ ਗਾਹਕ ਹੋਵੇ, ਪਰਮਾਤਮਾ ਦੇ ਨਾਮ ਦਾ ਜਿਹੜਾ ਵਣਜਾਰਾ ਹੋਵੇ, ਉਹ ਆਤਮਿਕ ਤੌਰ 'ਤੇ ਪਰਮਾਤਮਾ ਦੇ ਅੰਮ੍ਰਿਤ ਦੀ ਨਿਆਈ ਨਾਮ ਦੀ ਵਿਚਾਰ ਕਰਦਾ ਅਤੇ ਅੰਤਰ ਆਤਮੇ ਫਿਰ ਉਹਨੂੰ ਪਰਮਾਤਮਾ ਦੇ ਨਾਮ ਦੇ ਭੰਡਾਰੇ, ਨਾਮ ਦੇ ਖਜ਼ਾਨੇ ਦਿਸ ਪੈਂਦੇ ਹਨ। ਹਜ਼ੂਰ ਕਹਿੰਦੇ ਫਿਰ ਉਹ ਮਨ ਚਿੰਦਿਆ ਫਲ ਪ੍ਰਾਪਤ ਕਰ ਲੈਂਦਾ ਅਤੇ ਆਤਮਿਕ ਤੌਰ 'ਤੇ ਉਹਦੀ ਮੌਤ ਨਹੀਂ ਹੁੰਦੀ। ਆਤਮਿਕ ਤੌਰ 'ਤੇ ਜੰਮਣ ਅਤੇ ਮਰਨ ਦਾ ਗੇੜ ਹੈ ਜਿਹੜਾ ਉਹ ਖਤਮ ਹੋ ਜਾਂਦਾ। ਇਸ ਕਰਕੇ ਜਿਹੜੇ ਪਾਰਖੂ ਹਨ, ਸੂਝਵਾਨ ਹਨ, ਬਰੀਕ ਬੁੱਧੀ ਵਾਲੇ ਹਨ, ਉਹਨਾਂ ਪਾਰਖੂਆਂ ਨੇ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਨੂੰ ਸੰਭਾਲਿਆ, ਪਰਮਾਤਮਾ ਦੇ ਨਾਮ ਨੂੰ ਜਪਿਆ, ਪਰਮਾਤਮਾ ਦੇ ਨਾਮ ਨੂੰ ਧਿਆਇਆ ਅਤੇ ਇਸ ਕਰਕੇ ਉਹਨਾਂ ਨੇ ਪਰਮਾਤਮਾ ਦਾ ਅਮੁੱਲ ਨਾਮ ਗੁਰੂ ਦੀ ਮੱਤ 'ਤੇ ਚੱਲ ਕੇ ਪ੍ਰਾਪਤ ਕਰ ਲਿਆ। ਇਹ ਇਸ ਅਸ਼ਟਪਦੀ ਦੇ ਪਹਿਲੇ ਚਾਰ ਪਦਿਆਂ ਦੀ ਸੰਖੇਪ ਵਿਚਾਰ ਹੈ। ਸਤਿਗੁਰੂ ਕਿਰਪਾ ਕਰਨ ਆਪਣੀਆਂ ਇਹਨਾਂ ਪਾਵਨ ਪੰਕਤੀਆਂ ਦੀ ਵਿਚਾਰ ਆਪ ਹੀ ਗੁਰਮਤ ਸਿਧਾਂਤਾਂ ਦੇ ਅਨੁਕੂਲ ਕਰਵਾ ਲੈਣ। ਬਖਸ਼ੋ ਅਸੀਸ ਸਰਬੱਤ ਸੰਗਤ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਅਮਰਦਾਸ ਜੀ ਦੀ ਅੱਜ ਇਸ ਪਾਵਨ ਅਸ਼ਟਪਦੀ ਦੀ ਰਹਾਉ ਵਾਲੀ ਪੰਕਤੀ ਹੈ, ਸਤਿਗੁਰ ਤੇ ਹਰ ਪਾਈਐ ਭਾਈ, ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ। ਹੁਣ ਪਹਿਲੀ ਗੱਲ ਤਾਂ ਇਹ ਸਤਿਗੁਰ ਤੇ ਹਰ ਪਾਈਐ ਭਾਈ, ਹਰੀ ਦੇ ਨਾਲ ਸਾਡਾ ਮਿਲਾਪ, ਹਰੀ ਦੇ ਨਾਲ ਸਾਡੀ ਪਹੁੰਚ ਗੁਰੂ ਨੇ ਬਣਾਉਣੀ ਹੈ। ਕਿਸੇ ਦੇਹ ਨੇ ਨਹੀਂ, ਕਿਸੇ ਬੰਦੇ ਨੇ ਨਹੀਂ, ਕਿਸੇ ਮਨੁੱਖ ਨੇ ਨਹੀਂ। ਇਸ ਕਰਕੇ ਬੰਦਾ ਇੱਕ ਕਾਰਨ, ਇੱਕ ਜ਼ਰੀਆ ਬਣ ਸਕਦਾ, ਪਰ ਰੱਬ ਦੇ ਨਾਲ ਮਿਲਾਪ ਸਤਿਗੁਰੂ ਨੇ ਕਰਾਉਣਾ ਹੈ। ਇਸ ਕਰਕੇ ਹਜ਼ੂਰ ਰੱਬੀ ਬਾਣੀ ਦੇ ਅੰਦਰ ਕਹਿੰਦੇ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਕਹਿੰਦੇ ਜਿਹੜਾ ਸਤਿਗੁਰੂ ਮੈਂ ਸੁਣਿਆ ਸੀ, ਉਹ ਸਤਿਗੁਰੂ ਮੈਂ ਆਪਣੇ ਨੇਤਰਾਂ ਦੇ ਨਾਲ ਡਿੱਠ ਲਿਆ, ਭਾਵ ਕੀ ਦੇਖ ਲਿਆ। ਕਹਿੰਦੇ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬੈਸੀਠ। ਦਰਗਾਹ ਦੇ ਬਸੀਠ ਸਤਿਗੁਰੂ ਨੇ ਮੈਨੂੰ ਵਿਛੜੇ ਹੋਏ ਨੂੰ ਰੱਬ ਦੇ ਨਾਲ ਮਿਲਾ ਦਿੱਤਾ। ਇਸ ਕਰਕੇ ਗੁਰੂ ਕਿਰਪਾ ਕਰਦਾ ਫਿਰ ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹੋਮੈ ਰੋਗ ਨਾਨਕ, ਸਤਿਗੁਰ ਤਿੰਨਾਂ ਮਿਲਾਇਆ ਜਿੰਨਾ ਧੁਰੇ ਪਿਆ ਸੰਜੋਗ। ਇਸ ਕਰਕੇ ਸਤਿਗੁਰੂ ਰੱਬ ਦੇ ਨਾਲ ਮਿਲਾਉਂਦਾ। ਫਿਰ ਅਗਲੀ ਗੱਲ ਹਜ਼ੂਰ ਨੇ ਕੀਤੀ, ਕਹਿੰਦੇ ਅੰਤਰ ਨਾਮ ਨਿਧਾਨ ਹੈ। ਅੰਤਰ ਸਾਡੇ ਹਿਰਦੇ ਘਰ ਦੇ ਵਿੱਚ, ਸਾਡੇ ਅੰਦਰ ਪਰਮਾਤਮਾ ਦਾ ਨਾਮ ਹੈ, ਪਰ ਸਤਿਗੁਰ ਦੀਆ ਦਿਖਾਈ। ਤੇ ਇਹ ਜਿਹੜਾ ਨਾਮ ਹੈ ਇਹ ਪ੍ਰਗਟ ਹੋਣਾ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮੱਤ 'ਤੇ ਚੱਲਿਆਂ, ਗੁਰਮੁਖ ਬਣ ਕੇ ਅੰਦਰ ਵਸਦੇ ਪਰਮਾਤਮਾ ਦੇ ਨਾਮ ਨੂੰ ਪ੍ਰਗਟ ਕੀਤਾ ਜਾ ਸਕਦਾ। ਇਸ ਕਰਕੇ ਗੱਲ ਆਪ ਦੀ ਪਕੜ ਦੇ ਵਿੱਚ ਆ ਜਾਵੇ। ਗੁਰੂ ਨਾਨਕ ਸਾਹਿਬ ਦਾ ਇੱਕ ਪਾਵਨ ਸ਼ਬਦ ਸੋਰਠ ਰਾਗ ਦੇ ਵਿੱਚ 598 ਅੰਗ 'ਤੇ ਸ਼ੁਰੂ ਹੁੰਦਾ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਸੋਰਠ ਮਹਿਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀਂ ਜੀਉ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਉ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਹੀ ਜੀਉ ਅਵਗੁਣ ਛੋੜ ਗੁਣਾਂ ਕੋ ਧਾਵੋ ਕਰ ਅਵਗੁਣ ਪਛਤਾਹੀ ਜੀਉ ਸਰ ਅਫਸਰ ਕੀ ਸਾਰ ਨਾ ਜਾਣੈ ਫਿਰ ਕੀਚ ਬੜਾਹੀ ਜੀਉ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੋ ਕਾਹੀ ਜੀਉ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਉ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਉ ਜਿਉਂ ਭਾਵੈ ਤਿਉਂ ਰਾਖੋ ਹਰ ਜੀਉ ਜਨ ਨਾਨਕ ਸ਼ਬਦ ਸਲਾਹੀ ਜੀਉ ਹੁਣ ਇਸ ਸ਼ਬਦ ਦੇ ਆਪਾਂ ਅਰਥ ਕਰ ਲਈਏ ਗੁਰੂ ਨਾਨਕ ਸਾਹਿਬ ਕਹਿੰਦੇ ਹੇ ਭਾਈ ਜਿਸ ਅੰਮ੍ਰਿਤ ਰੂਪੀ ਨਾਮ ਜਲ ਦੀ ਪ੍ਰਾਪਤੀ ਦੇ ਵਾਸਤੇ ਤੂੰ ਸੰਸਾਰ ਤੇ ਆਇਆ ਤੂੰ ਇਸ ਜਗਤ ਤੇ ਆਇਆ ਜਿਸ ਜਲ ਨਿਧ ਕਾਰਨ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰਨ ਵਾਸਤੇ ਜੀਵ ਇੱਥੇ ਆਇਆ ਫਿਰ ਉਹ ਨਾਮ ਦੀ ਪ੍ਰਾਪਤੀ ਉਹ ਅੰਮ੍ਰਿਤ ਨਾਮ ਕਿੱਥੋਂ ਪ੍ਰਾਪਤ ਹੋਣਾ ਹਜ਼ੂਰ ਕਹਿੰਦੇ ਸੋ ਅੰਮ੍ਰਿਤ ਗੁਰ ਪਾਹੀ ਜੀਓ ਉਹ ਅੰਮ੍ਰਿਤ ਦੀ ਦਾਤ ਗੁਰੂ ਦੇ ਕੋਲੋਂ ਪ੍ਰਾਪਤ ਹੋਣੀ ਹੈ ਪਰ ਹੁਣ ਗੁਰੂ ਦੇ ਕੋਲੋਂ ਪ੍ਰਾਪਤ ਹੋਣੀ ਹੈ ਅਤੇ ਨਾਲ ਸਤਿਗੁਰੂ ਨੇ ਇੱਕ ਕੰਡੀਸ਼ਨ ਰੱਖ ਦਿੱਤੀ ਇੱਕ ਸ਼ਰਤ ਰੱਖ ਦਿੱਤੀ ਕਿ ਉਵੇਂ ਸਤਿਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਹੋ ਸਕਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ ਹੁਣ ਜਿਹੜਾ ਬਾਹਰੀ ਤੌਰ 'ਤੇ ਭੇਖ ਹੈ ਕੇਵਲ ਇੱਕ ਪਖੰਡ ਬਣਿਆ ਜਿਹੜਾ ਸਤਿਗੁਰੂ ਕਹਿੰਦੇ ਉਹ ਛੱਡ ਆਪਣਾ ਭੇਖ ਪਹਿਰਾਵਾ ਪਖੰਡ ਛੱਡ ਅਤੇ ਨਾਲ ਸਿਆਣਪਾਂ ਵੀ ਛੱਡ ਦੇ ਨਾਲ ਚਤੁਰਾਈਆਂ ਵੀ ਛੱਡ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੀ ਵਿਚਾਰਧਾਰਾ ਆਰੰਭ ਕੀਤੀ ਹੈ ਅਤੇ ਸਤਿਗੁਰੂ ਨੇ ਭੇਖ ਹਨ ਜਿਹੜੇ ਭੇਖਾਂ ਨੂੰ ਛੱਡਣ ਵਾਸਤੇ ਕਿਹਾ ਕਿ ਭਾਈ ਭੇਖਾਂ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਇਸ ਕਰਕੇ ਇਹ ਭੇਖ ਹਨ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਫਿਰ ਹਜ਼ੂਰ ਕਹਿੰਦੇ ਸਹਿਸ ਸਿਆਣਪਾਂ ਹਜ਼ਾਰਾਂ ਸਿਆਣਪਾਂ ਕਹਿੰਦੇ ਜੇ ਕਰ ਹਜ਼ਾਰਾਂ ਲੱਖਾਂ ਸਿਆਣਪਾਂ ਹੋਣ ਤੇ ਇਹ ਰੱਬ ਦੀ ਦਰਗਾਹ ਦੇ ਵਿੱਚ ਇੱਕ ਵੀ ਤੇਰੇ ਨਾਲ ਸਹਾਈ ਨਹੀਂ ਹੋਣੀ ਇਸ ਕਰਕੇ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਤੁਲੰਬੇ ਦੀ ਧਰਤੀ 'ਤੇ ਭਾਈ ਸੱਜਣ ਨੂੰ ਕਹੀ ਸੀ ਗੁਰੂ ਨਾਨਕ ਸਾਹਿਬ ਨੇ ਕਿਹਾ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ ਇਸ ਕਰਕੇ ਸੱਜਣ ਆਪਣੀਆਂ ਚਤੁਰਾਈਆਂ ਆਪਣੀਆਂ ਸਿਆਣਪਾਂ ਛੱਡ ਦੇ ਅਤੇ ਪਰਮਾਤਮਾ ਦੇ ਨਾਮ ਨੂੰ ਸਿਮਰ ਅਤੇ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਤੂੰ ਇਸ ਸੰਸਾਰ ਤੋਂ ਪਾਰ ਹੋ ਸਕਦੈ ਬੰਧਨਾਂ ਦੇ ਵਿੱਚ ਬੱਝਾ ਹੋਇਆ ਤੂੰ ਛੁੱਟ ਸਕਦੈ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਸ਼ਰਤ ਹੈ ਨਾਮ ਜਲ ਦੀ ਪ੍ਰਾਪਤੀ ਕਰਨ ਵਾਸਤੇ ਤੂੰ ਸੰਸਾਰ ਤੇ ਆਇਆ ਪਰ ਮੇਰੀ ਇੱਕ ਇਹ ਸ਼ਰਤ ਹੈ ਕਿ ਤੈਨੂੰ ਕੁਝ ਛੱਡਣਾ ਪੈਣਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀਂ ਜੀਉ ਦੁਬਦਾ ਦਾ ਅਰਥ ਹੈ ਦੁਚਿੱਤਾਪਣ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਤਾਂ ਗੱਲ ਹੀ ਖਤਮ ਕਰ ਦਿੱਤੀ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਕਹਿੰਦੇ ਮੈਂ ਦੁਬਦਾ ਦੇ ਵਿੱਚ ਨਹੀਂ ਪੈਂਦਾ ਹਰੀ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਪੂਜਦਾ ਵੀ ਨਹੀਂ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੜੈ ਮਸਾਣ ਨਾ ਜਾਈ ਕਹਿੰਦੇ ਮੈਂ ਕਿਸੇ ਮੜੀ ਮਸਾਣੀ 'ਤੇ ਵੀ ਨਹੀਂ ਜਾਂਦਾ ਦੁਬਦਾ ਦੇ ਵਿੱਚ ਵੀ ਨਹੀਂ ਪੈਂਦਾ ਦੁਬਦਾ ਨਾ ਪੜੋ ਪੜੋਂ ਦਾ ਅਰਥ ਹੈ ਮੈਂ ਨਹੀਂ ਪੈਂਦਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ
मड़े मसाण ना जाई। इस करके भाई दुबदा भी छड़, फिर मन नू आवाज मार के मन नू संबोधन करके गुरु नानक साहब कहिंदे मन रे थिर रहो, मत कत जाही जियो, बाहर ढूंढत बहुत दुख पावें, घर अमृत घट माही जियो। गुरु नानक साहब कह रहे हैं घर अमृत घट माही जियो, ते गुरु अमरदास कहिंदे अंतर नाम निदान है, अंदर नाम दा खजाना है। इस करके मन नू संबोधन करके हजूर ने कहा ए मेरे मन तू अपने निज घर दे विच टिकिया रहो। इस करके बाहर ढूंढत बहुत दुख पावें, जदों तू अपने अंदर खोजन दी बजाए बाहर रब नू भालेगा ते बड़े दुख सहने पैणगे। इस शरीर नू भी तन नू भी ते मन नू भी हुण केड़े केड़े दुख सहने पैणगे इस शरीर नू। बाबा फरीद जी का एक पावन श्लोक है, बाबा फरीद जी कहिंदे फरीदा जंगल जंगल क्या पवें, वन कंडा मोड़े वसी रब हयाली है,